Hello everyone I hope all you are good and welcome to today's PPR timeline part 2 so video no end tak zarur dekho interesting PPRs timeline ne so agge badon to pehla request karni chahunga je kar channel te naye hai ta channel subscribe zarur kar lo so hani joshi uh, with the grace of uh, mata rani and vishnu bhagwan i got PPR last night file on 2 feb biometric 9 feb bvl received 26 april ppr 12th of may so i raised 2 to 3 web form don't lose hope everyone will get his... ਪੀਪੀਆਰ ਸੂਨ ਨੇ ਕੌਰ ਜੀ ਤੇ ਵੀ ਆਪਣੇ ਸਬਸਕ੍ਰਾਈਬ ਨਹੀਂ ਵਾਹਿਗੁਰੂ ਜੀ ਦਾ ਸ਼ੁਕਰੀਆ ਅਭੀ ਪੀਆਰ ਆ ਗਈ ਨਾਈਟ 9:30 ਫੈਬ ਲਾਜ 18 ਫੈਬ 24 ਫੈਬ ਬਾਇਓਮੈਟ੍ਰਿਕ ਸੈਂਟਰ ਮਿਕਲ ਕਾਲਜ ਮੌਂਟੇਲ ਵਾਹਿਗੁਰੂ ਜੀ ਸਭ ਦੀ ਪੀਪੀਆਰ ਆ ਜੇ ਸੋ ਨੈਕਸਟ ਨੇ ਜੀ 4 ਫੈਬਰੂਰੀ ਦੀ ਫਾਈਲ ਆਉ ਸੀਗੀ ਬਾਇਓਮੈਟ੍ਰਿਕ ਕਲੈਕਸ਼ਨ ਲੈਟਰ 5 ਫੈਬਰੂਰੀ ਨੂੰ ਕੋਰਸਪੋਂਡੈਂਸ ਲੈਟਰ April 25 ਨੂੰ ਤੇ ਰਿਕੁਐਸਟ ਆਈ ਸੀ ਕਿ ਮਈ 6 ਨੂੰ ਤੇ ਕੋਰਸਪੋਂਡੈਂਸ ਲੈਟਰ ਟ੍ਰੈਂਥ ਨੂੰ ਤੇ ਉਸ ਤੋਂ ਬਾਅਦ 12 ਮਈ ਨੂੰ ਇਹਨਾਂ ਨੂੰ ਪੀਪੀਆਰ ਰਿਕੁਐਸਟ ਆ ਚੁੱਕੀ ਹੈ ਜੀ ਨੈਕਸਟ ਨੇ ਜੀ 18 ਫ फेब्रुवारी ਦੀ ਫਾਈਲ ਆ ਉਸ ਦੀ ਰੀਲੋਕ ਕੇਸ ਆ ਜੀ ਕੋਰਸਪੋਂਡੈਂਸ ਲੈਟਰ 12 ਮਈ ਨੂੰ ਤੇ origignal ਪਾਸਪੋਰਟ ਰਿਕੁਐਸਟ ਵੀ 12 ਮਈ ਨੂੰ ਰਿਸਿਵ ਹੋਇਆ ਜੀ ਸੋ ਨੈਕਸਟ ਆ 17 ਫ फेब्रुवारी ਫਾਈਲ ਆ ਉਸ ਦੀ 18 ਫ फेब्रुवारी ਬਾਇਓਮੈਟ੍ਰਿਕ ਕਲੈਕਸ਼ਨ ਲੈਟਰ ਕੋਰਸਪੋਂਡੈਂਸ ਲੈਟਰ ਤੇ origignal ਪਾਸਪੋਰਟ ਰਿਕੁਐਸਟ ਇਹਨਾਂ ਨੂੰ ਕੱਲ ਤੱਕ ਮਿਲ ਚੁੱਕਿਆ ਜੀ 12 ਮਈ ਤੱਕ ਮਤਲਬ ਸੋ ਨੈਕਸਟ ਆ ਗਾਟ ਮਾਈ ਪੀਪੀਆਰ ਟੂ ਪੀਜੀ ਡਿਪਲੋਮਾ ਇਨ ਬਿਜ਼ਨਸ ਐਨਾਲਿਸਟ ਸੀਪੀਯੂ ਐਨਐਸ 3048 32 ਐਂਡ 2 ਸੋ ਇਹਨਾਂ ਦੀ ਸੀਰੀਅਲ ਨੰਬਰ ਆ ਜੀ ਸੋ ਨੈਕਸਟ ਨੇ ਦਮਨਪ੍ਰੀਤ ਕੌਰ ਆਈ ਗਾਟ ਪੀਪੀਆਰ ਯਸਟਰਡੇ ਐਟ 6:33 ਪੀਐਮ ਆਈ ਹੈਵ ਅ ਪ੍ਰੀਵੀਅਸ ਟੂ ਰਿਫਿਊਜ਼ਲਸ ਆਈ ਲਾਸਟ ਮਾਈ ਫਾਈਲ ਔਨ 18th ਆਫ ਫੈਬ ਮੇ ਇਨਟੇਕ ਸੋ 18 ਫੈਬ ਦੀਆਂ ਫਾਈਲਸ ਆ ਰਹੀਆਂ ਸੋ ਨੈਕਸਟ ਕੱਲ ਤੱਕ ਮਤਲਬ ਆਵਰ ਸੀ ਹੋ ਜਾਣੀਆਂ ਜਗਿੰਦਰਪਾਲ ਸਿੰਘ ਵਾਹਿਗੁਰੂ ਜੀ ਦੀ ਕਿਰਪਾ ਨਾਲ ਟੁਡੇ ਆਈ ਗਾਟ ਪੀਪੀਆਰ ਫਾਈਲ ਲਾਸਟ 18 ਫੈਬ ਪਲੱਸ 2 Uh, 2020 नॉन एसटी मेडिकल नाइग्रा कॉलेज टोरंटो प्रोग्राम जनरल बिजनेस आईलेट 6.5 बैंड स्कोर है जी सो नेक्स्ट है आफ्टर सो मेनी वेट वाह गुरु जी दी मेहर नाल आई गॉट बीपीआर टुडे मॉर्निंग फाइलोस ऑन 17 फेब बायोमेट्रिक 23 फेब 6 बैंड ईच नाइग्रा कॉलेज 10th आईसीएसई बोर्ड 72% प्लस 2 आईसीएसई बोर्ड 85% नेक्स्ट है जी नव रूप सिंह एस304894969 सीरीज नंबर है जी ਫਾਈਲ ਆਊਸੀ ਗਈ 18 ਫੈਬ ਦੀ ਬਾਇਓਮੈਟਿਕ 23 ਫੈਬ ਨੂੰ ਮੈਡੀਕਲ ਮਾਰਚ 9 ਨੂੰ ਪੀਪੀਆਰ ਮਈ 13 ਨੂੰ ਬਾਕੀ ਤੁਸੀਂ ਪ੍ਰੋਫਾਈਲ ਇਹਨਾਂ ਦੀ ਦੇਖ ਸਕਦੇ ਹੋ ਜੀ ਤੇ ਬਿਜ਼ਨਸ ਮੈਨੇਜਮੈਂਟ ਇਹਨਾਂ ਦਾ ਪ੍ਰੋਗਰਾਮ ਹੈ ਕੇਪ ਬ੍ਰੈਟਨ ਯੂਨੀਵਰਸਿਟੀ ਹੈ ਜੀ ਸੋ ਕੰਗratulations ਸੋ ਨੈਕਸਵਲ ਵਾਦਦੇ ਆ ਜੀ ਰੁਪਿੰਦਰ ਕੌਰ ਗਾਟ ਪੀਪੀਆਰ ਫਾਈਲਸ ਔਨ 17 ਫੈਬ ਮੈਡੀਕਲ ਐਂਡ ਬਾਇਓਮੈਟਿਕ ਅਪਡੇਟ ਔਨ 25th ਆਫ ਫੈਬ ਐਸ ਡੀ ਐਸ ਫਾਈਲ ਆਜੀਸ ਸੋ ਕੰਗratulations ਸੋ ਨੈਕਸਟ ਐਜੀ ਅਕਤੂਬਰ 23 ਦੀ ਫਾਈਲ ਆਸੀ ਬੀਸੀਐਲ ਕਲੈਕਸ਼ਨ ਬੀਸੀਐਲ ਆਈਸੀ ਅਕਤੂਬਰ 25 ਨੂੰ ਤੇ ਕੱਲ ਇਹਨਾਂ ਨੂੰ ਪੀਪੀਆਰ ਰਿਕੁਐਸਟ ਮਿਲ ਚੁੱਕੀ ਹੈ ਜੀ ਸਨੈਕਸ ਵੱਲੋਂ ਬਾਤ ਦੇ ਆ ਇਹ ਕੁਝ ਪੀਪੀਆਰਸ ਰਿਕੁਐਸਟਸ ਨੇ ਜੋ ਸੈਂਟ ਕਲੀਅਰ ਕਾਲਜ ਦੀ ਆ ਮੈਕਸਿਮਮ ਤੇ ਲਾਂਗਰਾ ਕਾਲਜ ਕੈਨੇਡਾ ਕਾਲਜ ਦੀ ਆ ਜੋ ਕਿ ਮਈ ਇਨਟੇਕ ਲਈ ਆ ਤੇ ਸਪਟੰਬਰ ਇਨਟੇਕ ਲਈ ਆ ਤੇ ਮਈ ਇਨਟੇਕ ਦੀ ਰੀਫਿਲਿੰਗ ਕੇਸਿਸ ਨੇ ਸੋ ਕੰਗ੍ਰੈਚੁਲੇਸ਼ਨਸ ਜੀ ਸਾਰਿਆਂ ਨੂੰ ਸੋ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਓ ਜੀ